ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ 'ਤੇ ਜਾਂ ਪਬਲਿਕਲੀ ਕੋਈ ਸਪੀਚ ਜਾਂ ਕਮੈਂਟਸ ਵਗੈਰਾ ਨਹੀਂ ਕਰੂਗਾ ਸਿੱਖ ਭਾਈਚਾਰੇ ਤੋਂ, ਹਿੰਦੂ ਭਾਈਚਾਰੇ ਤੋਂ, ਮੁਸਲਿਮ ਭਾਈਚਾਰੇ ਤੋਂ, ਈਸਾਈ ਭਾਈਚਾਰੇ ਤੋਂ, ਸਾਰੇ ਹੀ ਧਰਮਾਂ ਦੇ ਨੁਮਾਇੰਦੇ ਆ ਸਾਡੇ ਪਰਿਵਾਰ 'ਚ ਬੁਲਾਏ। ਮਾੜੇ ਅੰਸਰਾਂ ਨੂੰ ਜੇ ਕੋਈ ਵਾਹ ਫਲਾਉਂਦਾ ਜਾਂ ਕੋਈ ਇਹੋ ਜਿਹੀ ਕੋਈ ਗੱਲ ਕਰਦਾ ਹੈ ਤਾਂ ਮਾੜੇ ਅੰਸਰਾਂ ਨੂੰ ਮੈਂ ਸਖ਼ਤ ਚੇਤਾਵਨੀ ਦੇਣੀ ਚਾਹੁੰਦਾ, ਬਿਲਕੁਲ ਸਖ਼ਤੀ ਨਾਲ ਨਿਪਟਿਆ ਜਾਊਗਾ ਅਤੇ ਸ਼ਾਮਲ ਹੋਏ। ਇਸ ਮੌਕੇ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਲਾਅ ਐਂਡ ਆਰਡਰ ਬਣਾਏ ਰੱਖਣ ਦੇ ਪ੍ਰੋਗਰਾਮ ਅਨੁਸਾਰ ਅੱਜ ਦੀ ਮੀਟਿੰਗ ਦੇ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਸੰਗਠਨਾਂ ਦੇ ਨੇਤਾਵਾਂ ਨੂੰ ਬੁਲਾਇਆ ਗਿਆ। ਇਹ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨਾਲ ਜੁੜਿਆ ਹੋਇਆ, ਉਹ ਕੋਈ ਵੀ ਸੋਸ਼ਲ ਮੀਡੀਆ ਜਾਂ ਕਿਸੇ ਵੀ ਵਟਸਐਪ ਗਰੁੱਪ 'ਚ ਕਿਸੇ ਵੀ ਤਰ੍ਹਾਂ ਦਾ ਦੂਸਰੇ ਧਰਮ ਦੇ ਬਾਰੇ ਕੁਝ ਨਾ ਗਲਤ ਬੋਲੇ, ਕਿਉਂਕਿ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਾਂ ਕਿਸੇ ਵਟਸਐਪ ਗਰੁੱਪ ਰਾਹੀਂ ਦੂਸਰੇ ਧਰਮ ਦੇ ਬਾਰੇ ਗਲਤ ਟਿੱਪਣੀਆਂ ਕਰਦੇ ਹਨ, ਜਿਸ ਦੇ ਨਾਲ ਹੀ ਪੰਜਾਬ ਦੇ ਵਿੱਚ ਕਾਨੂੰਨੀ ਵਿਵਸਥਾ ਵਿਗੜਦੀ ਹੈ। ਇਹ ਨਹੀਂ, ਸਾਡੇ ਸੀਨੀਅਰ ਅਫਸਰਾਂ ਵੱਲੋਂ, ਸਾਡੇ ਮੈਡਮ ਮਾਂ ਜੋ ਅਮਰੀਤ ਕੁੰਡਲ ਜੀ ਵੱਲੋਂ ਇਹ ਹਦਾਇਤਾਂ ਸੀ, ਜਿਹੜਾ ਸਰਬ ਧਰਮ ਜਿਹੜਾ ਸੀ ਸਾਰੇ ਅੱਜ ਸਾਰੇ ਸਾਰੇ ਧਰਮ ਵਾਲੇ ਬੰਦੇ ਜਿਹੜੇ ਇਕੱਠੇ ਕੀਤੇ ਸੀ, ਜਿਨ੍ਹਾਂ ਨੂੰ ਅਪੀਲ ਵੀ ਕੀਤੀ ਹੈ ਅਤੇ ਵਾਰਨ ਵੀ ਕੀਤੀ ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ 'ਤੇ ਜਾਂ ਪਬਲਿਕਲੀ ਕੋਈ ਸਪੀਚ ਜਾਂ ਕਮੈਂਟਸ ਵਗੈਰਾ ਨਹੀਂ ਕਰੂਗਾ। ਜੇ ਕੋਈ ਕਿਸੇ ਧਰਮ ਦੇ, ਕਿਸੇ ਕਮਿਊਨਿਟੀ ਦੇ, ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਜੇ ਇਹੋ ਜਿਹੀ ਗੱਲ ਕਰੂਗਾ ਤਾਂ ਉਹਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਊਗਾ ਅਤੇ ਕੇਸ ਰਜਿਸਟਰ ਕਰਕੇ ਉਹਨੂੰ ਬੁੱਕ ਕੀਤਾ ਜਾਊਗਾ। ਅਤੇ ਆਪਣੇ ਸਰਬ ਧਰਮ ਵੈਸੇ ਇੱਥੇ ਤਾਂ ਸਾਰਿਆਂ ਦੀ ਜਿਹੜੀ ਮੈਂ ਦੇਖੀ ਸਾਂਝ ਬੜੀ ਵਧੀਆ ਹੈ ਸਮਰਾਲੇ ਸਾਡੇ 'ਚ, ਅਜਿਹਾ ਕੋਈ ਹੈ ਨਹੀਂ। ਪਰ ਫਿਰ ਵੀ ਮੈਂ ਇਹਨਾਂ ਨੂੰ ਦੁਬਾਰਾ ਸਾਰੇ ਧਰਮ ਵਾਲਿਆਂ ਨੂੰ ਜਿੰਨੇ ਇਹਨਾਂ ਦੇ ਮੋਢੀ ਸੀ ਉਹਨਾਂ ਨੂੰ ਬੁਲਾ ਕੇ ਅਪੀਲ ਵੀ ਕੀਤੀ ਹੈ ਅਤੇ ਬਾਅਦ ਵੀ ਇਹ ਜਥੇਬੰਦੀਆਂ ਜਿਵੇਂ ਸਾਡੇ ਨਿਹੰਗ ਜਥੇਬੰਦੀਆਂ ਨੇ ਸਿੱਖ ਭਾਈਚਾਰੇ ਤੋਂ, ਹਿੰਦੂ ਭਾਈਚਾਰੇ ਤੋਂ, ਮੁਸਲਿਮ ਭਾਈਚਾਰੇ ਤੋਂ, ਈਸਾਈ ਭਾਈਚਾਰੇ ਤੋਂ, ਸਾਰੇ ਹੀ ਧਰਮਾਂ ਦੇ ਨੁਮਾਇੰਦੇ ਆ ਸਾਡੇ ਪਰਿਵਾਰ 'ਚ ਬੁਲਾਏ। ਇਹਨੀ ਬੜਾ ਵਧੀਆ ਵਿਸ਼ਵਾਸਨ ਦਿੱਤਾ ਇਹਨਾਂ ਦੀ ਆਪਸ ਦੇ ਵਿੱਚ ਵੀ ਬੜੀ ਵਧੀਆ ਸਾਂਝ ਆ। ਇਹ ਮੈਂ ਇਹਨਾਂ ਦੀ ਪ੍ਰੇਜ ਵੀ ਕਰਦਾ ਸਮਰਾਲੇ ਸਾਰੇ ਧਰਮ ਵਾਲਿਆਂ ਦੀ, ਬੜੀ ਚੰਗੀ ਗੱਲ ਲੱਗੀ ਮੈਨੂੰ। ਫਿਰ ਵੀ ਮੈਂ ਜਿਹੜੇ ਜੂਨੀਅਰ ਬੱਚੇ ਇਹਨਾਂ ਅੱਗੇ ਨਵੇਂ ਬੱਚੇ ਜੁੜਦੇ ਆ, ਇਹਨਾਂ ਦੇ ਜ਼ਰੀਏ ਉਹਨਾਂ ਨੂੰ ਵੀ ਮੈਸੇਜ ਦਿੱਤਾ ਜੇ ਕੋਈ ਗਲਤੀ ਇਹੋ ਜਿਹੀ ਗਲਤੀ ਕਰੂਗਾ ਉਹਦੇ ਖਿਲਾਫ਼ ਕੇਸ ਵੀ ਰਜਿਸਟਰ ਕੀਤਾ ਜਾਊਗਾ ਅਤੇ ਉਹਨੂੰ ਫੜਕਾ ਅੰਦਰ ਵੀ ਦਿੱਤਾ ਜਾਊਗਾ। ਮਾੜੇ ਅੰਸਰਾਂ ਨੂੰ ਜੇ ਕੋਈ ਵਾਹ ਫਲਾਉਂਦਾ ਜਾਂ ਕੋਈ ਇਹੋ ਜਿਹੀ ਕੋਈ ਗੱਲ ਕਰਦਾ ਹੈ ਅਤੇ ਮਾੜੇ ਅੰਸਰਾਂ ਨੂੰ ਮੈਂ ਸਖ਼ਤ ਚੇਤਾਵਨੀ ਦੇਣੀ ਚਾਹੁੰਦਾ, ਬਿਲਕੁਲ ਸਖ਼ਤੀ ਨਾਲ ਨਿਪਟਿਆ ਜਾਊਗਾ ਅਤੇ ਕੇਸ ਰਜਿਸਟਰ ਕਰਕੇ ਬਹਿਣ ਦਾ ਵਾਰ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਊਗਾ। ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ, ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ਼ ਵਟਸਐਪ ਜਿਵੇਂ ਸੋਸ਼ਲ ਸਾਈਟ 'ਤੇ, ਇੰਸਟਾਗ੍ਰਾਮ, ਕਿਸੇ ਵੀ ਇਹੀ ਚੀਜ਼ 'ਤੇ ਕੋਈ ਕਿਸੇ ਧਰਮ ਦੇ ਖਿਲਾਫ਼ ਪੋਸਟ ਵਗੈਰਾ ਨਹੀਂ ਪਾਊਗਾ। ਜੇ ਕੋਈ ਪਾਊਗਾ ਤਾਂ ਉਹਦੇ ਖਿਲਾਫ਼ ਜਿਹੜਾ ਸਖ਼ਤ ਐਕਸ਼ਨ ਲਿਆ ਜਾਊਗਾ। ਇਸ ਤੋਂ ਬਿਨਾਂ ਮੈਂ ਫਿਰ ਹੋਰ ਵੀ ਕਹਿੰਦਾ, ਜਿਵੇਂ ਕੁਛ ਵਟਸਐਪ ਦੇ ਥਰੂ, ਇੰਸਟਾਗ੍ਰਾਮ ਦੇ ਥਰੂ ਜਿਹੜੇ ਕੋਈ ਮੈਸੇਜ ਆਉਂਦੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ ਅਥੈਂਟੀਸਿਟੀ ਬਚੀ, ਜੇ ਕੋਈ ਗਲਤ ਵਾਹ ਵੀ ਫਲਾਊਗਾ ਵੀ ਅੱਗੇ ਉਹ ਮੈਸੇਜ ਆਇਆ ਸੀ ਤਾਂ ਉਹਦੇ ਖਿਲਾਫ਼ ਵੀ ਜਿਹੜੀ ਕਾਰਵਾਈ ਕੀਤੀ।